ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮਰੀ ਸ਼ਾ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਲੰਘੇ ਕੱਲ ਪੰਜਾਬ ਦੇ ਵਿੱਚ ਲੋੜਿਆਂ ਦੀ ਗਰਮੀ ਪਈ ਹੈ ਵੱਟ ਕੱਢਦੀ ਗਰਮੀ ਪਈ ਹੈ ਪਿਛਲੇ 3-4 ਦਿਨ ਤੋਂ ਪੰਜਾਬ ਦੇ ਵਿੱਚ ਗਰਮੀ ਸਿਖਰ ਦੇ ਉੱਤੇ ਰਹੀ ਹੈ ਮੌਸਮ ਵਿਭਾਗ ਨੇ ਇਹ ਗੱਲ ਕਹੀ ਸੀ ਕਿ 28, 29 ਤੇ 30 ਤਰੀਕ ਨੂੰ ਪੰਜਾਬ ਦੇ ਵਿੱਚ ਜ਼ੋਰਦਾਰ ਮੀਂਹ ਪੈਣ ਦੀ ਸੰਭਾਵਨਾ ਹਾਲਾਂਕਿ ਲੰਘੇ ਕੱਲ ਦਿਨ ਦੇ ਵੇਲੇ ਤਾਂ ਮੀਂਹ ਪਿਆ ਨਹੀਂ ਤੇ ਰਾਤ ਦੇ ਵੇਲੇ ਹੋ ਸਕਦਾ ਕੁਝ ਕ ਥਾਵਾਂ ਦੇ ਉੱਤੇ ਛੱਟਾਂ ਪੈ ਜਾਣ ਜਾਂ ਪੈ ਗਈਆਂ ਹੋਣ ਜਦੋਂ ਤੱਕ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋਣਗੇ ਪਰ ਦਿਨ ਦੇ ਵੇਲੇ ਲੰਘੇ ਕੱਲ ਬਿਲਕੁਲ ਮੀਂਹ ਨਹੀਂ ਪਿਆ ਪੰਜਾਬ ਦੇ ਕਿਸੇ ਵੀ ਹਿੱਸੇ ਦੇ ਵਿੱਚ ਮੀਂਹ ਦੀ ਇਸ ਵੇਲੇ ਜ਼ਰੂਰਤ ਵੀ ਬਹੁਤ ਹੈ ਪ੍ਰੀ ਮੌਨਸੂਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਜ਼ੋਰਦਾਰ ਮੀਂਹ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਤੇ 40 ਤੋਂ ਲੈ ਕੇ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ ਜੇਕਰ ਮੀਂਹ ਚੋਖਾ ਪੈ ਜਾਂਦਾ ਕਿਸਾਨ ਨੂੰ ਥੋੜਾ ਜਿਹਾ ਸੌਖਾ ਰਹੂਗਾ ਜੋ ਕਿ ਧੋਨੇ ਦੀ ਲਵਾਈ ਦਾ ਕਮਜ਼ੋਰਾਂ ਸ਼ੋਰਾਂ ਦੇ ਉੱਤੇ ਐ ਬਿਜਲੀ ਦੀ ਮੰਗ ਇੱਕਦਮ ਬਹੁਤ ਜ਼ਿਆਦਾ ਵਧ ਗਈ ਹੈ ਸੋ ਇਸ ਕਰਕੇ ਜੇਕਰ ਮੀਂਹ ਪੈ ਜਾਂਦਾ ਮੌਸਮ ਥੋੜਾ ਜਿਹਾ ਠੰਡਾ ਹੋਊਗਾ ਤਾਂ ਬਿਜਲੀ ਦੀ ਮੰਗ ਵੀ ਘਟੂਗੀ ਤੇ ਕਿਸਾਨ ਵੀ ਸੋਖੇ ਰਹਿਣਗੇ ਬਾਕੀ ਜੋ ਵੀ ਜਾਣਕਾਰੀ ਆਈ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਿਣਾ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਨਾਲ ਸੰਬੰਧਤ ਆ ਪਰ ਉਸ ਤੋਂ ਪਹਿਲਾਂ ਇੱਕ ਦੁਖਦਾਈ ਖਬਰ ਸਾਂਝੀ ਕਰਨੀ ਬਣਦੀ ਹੈ ਧਾਰਮਿਕ ਮਾਮਲਿਆਂ ਦੇ ਉੱਤੇ ਟਿੱਪਣੀ ਕਿਸੇ ਨੂੰ ਕਰਨੀ ਨਹੀਂ ਚਾਹੀਦੀ ਮੈਂ ਅੱਗੇ ਵੀ ਬਹੁਤ ਵਾਰ ਬੇਨਤੀ ਕੀਤੀ ਹੈ ਹਜ਼ਰਤ ਮੁਹੰਮਦ ਸਾਹਿਬ ਦੇ ਬਾਰੇ ਆਪਾਂ ਜਾਣਦੇ ਕਿ ਨੂਪਰ ਸ਼ਰਮਾ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪਿਛਲੇ ਦਿਨ ਟਿੱਪਣੀ ਕੀਤੀ ਗਈ ਸੀ ਉਸ ਮਾਮਲੇ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਵਿਵਾਦ ਵੀ ਪੈਦਾ ਹੋਇਆ ਆਲੋਚਨਾ ਵੀ ਹੋਈ ਹੈ ਤੇ ਹੋਣੀ ਚਾਹੀਦੀ ਵੀ ਹੈ ਜਿਹੜਾ ਵੀ ਕਿਸੇ ਵੀ ਧਰਮ ਦੇ ਬਾਬਤ ਕੋਈ ਟਿੱਪਣੀ ਕਰਦਾ ਮਾੜੀ ਗੱਲ ਹੈ ਮੰਨਣਾ ਨਾ ਮੰਨਣਾ ਕਿਸੇ ਧਰਮ ਦੇ ਵਿੱਚ ਆਸਥਾ ਰੱਖਦੇ ਨਹੀਂ ਰੱਖਦੇ ਇਹ ਇੱਕ ਵੱਖਰਾ ਪ੍ਰਸੰਗ ਹੈ ਪਰ ਇਦਾਂ ਦੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਜਿਹੜੀਆਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਫਿੱਕ ਪਾਉਣ ਲੋਕਾਂ ਦੇ ਮਨਾਂ ਦੇ ਵਿੱਚ ਵਿਰੋਧ ਦੀ ਭਾਵਨਾ ਪੈਦਾ ਹੋਵੇ ਪਰ ਨੂਪਰ ਸ਼ਰਮਾ ਦੇ ਹੱਕ ਦੇ ਵਿੱਚ 10 ਦਿਨ ਪਹਿਲਾਂ ਫੇਸਬੁੱਕ ਦੇ ਉੱਤੇ ਇੱਕ ਕਨਈਆ ਲਾਲ ਤੇਲੀ ਨਾਮ ਦਾ ਉਦੇਪੁਰ ਦਾ ਰਹਿਣ ਵਾਲਾ ਦਰਜੀ ਪੋਸਟ ਪਾਉਂਦਾ ਤੇ ਹੁਣ ਉਹਦਾ ਕਤਲ ਕਰ ਦਿੱਤਾ ਗਿਆ ਦੋ ਜਣੇ ਉਰੀ ਦੁਕਾਨ ਦੇ ਵਿੱਚ ਆਉਂਦੇ ਲੰਘੇ ਕੱਲ ਦਿਨ ਦਿਹਾੜੇ ਚਿੱਟੇ ਦਿਨ ਪਹੁੰਚਦੇ ਆ ਕਹਿੰਦੇ ਵੀ ਅਸੀਂ ਤਾਂ ਆਪਦੇ ਲੀੜਿਆਂ ਦਾ ਆਪਣੇ ਕੱਪੜਿਆਂ ਦਾ ਮੇਚਾ ਲੈਣ ਆਏ ਆ ਉਹ ਮੇਚਾ ਲੈਣ ਲੱਗਾ ਤੇ ਉਹਨੂੰ ਪਤਾ ਨਹੀਂ ਸੀ ਕਿ ਇਹ ਕਿਹੜੀ ਸਾਜ਼ਿਸ਼ ਦੇ ਤਹਿਤ ਆਏ ਆ ਤੇ ਉਹਨਾਂ ਨੇ ਉਹਦਾ ਤਲਵਾਰਾਂ ਮਾਰ-ਮਾਰ ਕੇ ਇੰਨਾ ਬੁਰਾ ਹਾਲ ਕੀਤਾ ਤੇ ਉਹਦਾ ਸਿਰ ਜਿਹੜਾ ਉਹ ਅਡ ਕਰਤਾ ਉਹਦੀ ਧੜ ਦੇ ਨਾਲੋਂ ਸੋ ਇਸ ਤੋਂ ਬਾਅਦ 7-8 ਥਾਣਾ ਖੇਤਰਾਂ ਦੇ ਵਿੱਚ ਕਰਫਿਊ ਲਾ ਦਿੱਤਾ ਗਿਆ ਤੇ ਉਤੇਪੁਰ ਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ ਤੇ ਉਹਨਾਂ ਲੋਕਾਂ ਨੇ ਜਿਹੜੀ ਇਹ ਵੀਡੀਓ ਬਣਾਈ ਆ ਕਤਲ ਕਰਦਿਆਂ ਦੀ ਕਨਈਆ ਲਾਲ ਤੇਲੀ ਨੂੰ ਮਾਰਦਿਆਂ ਦੀ ਤੇ ਇਹ ਵੀਡੀਓ ਜਿਹੜੀ ਉਹ ਫੇਸਬੁੱਕ ਦੇ ਉੱਤੇ ਅਪਲੋਡ ਵੀ ਕੀਤੀ ਆ ਤੇ ਧਮਕੀ ਵੀ ਦਿੱਤੀ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਉਹਨਾਂ ਨੇ ਕੁਝ ਕ ਗੱਲਾਂ ਇਹੋ ਜਿਹੀਆਂ ਕਹੀਆਂ ਜਾਣ ਕੇ ਉਹ ਇਸ ਵਕਤ ਇਸ ਕਦਰ ਜਨੂਨੀ ਹੋਏ ਵੀ ਉਹ ਭੁੱਲ ਗਏ ਕਿ ਅਸੀਂ ਮਨੁੱਖ ਦਾ ਕਤਲ ਕਰ ਰਹੇ ਹਾਂ ਸਾਨੂੰ ਆ ਸਭ ਕੁਝ ਨਹੀਂ ਕਰਨਾ ਚਾਹੀਦਾ ਤੇ ਕਤਲ ਕਰਨ ਤੋਂ ਬਾਅਦ ਸਾਡਾ ਹਸ਼ਰ ਕੀ ਹੋਊਗਾ ਤੇ ਲੰਘੇ ਕੱਲ ਸ਼ਾਮੀ 7:00 ਵਜੇ ਉਹਨਾਂ ਦੋਹਾਂ ਹੀ ਕਸੂਰਵਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੇ ਵੱਲੋਂ ਇਹ ਕਤਲ ਕੀਤਾ ਗਿਆ ਇੱਕ ਦਰਜੀ ਦਾ ਦੁੱਖ ਇਸ ਗੱਲ ਦਾ ਹੋਇਆ ਕਿ ਭਾਰਤ ਦੇ ਵਿੱਚ ਕੀ ਕੁਝ ਚੱਲ ਰਿਹਾ ਦੁੱਖ ਇਸ ਕਰਕੇ ਹੁੰਦਾ ਵੀ ਅੱਗੇ ਪਤਾ ਨਹੀਂ ਕੀ ਹੋਣਾ ਅਸੀਂ ਵਾਰ-ਵਾਰ ਬੇਨਤੀ ਕਰਦੇ ਆਪਦੇ ਟੀਵੀ ਚੈਨਲ ਦੇ ਵੱਲੋਂ ਕਿ ਧਰਮ ਬੰਦੇ ਦਾ ਨਿੱਜੀ ਤੌਰ ਦੇ ਉੱਤੇ ਵਿਅਕਤੀਗਤ ਤੌਰ ਦੇ ਉੱਤੇ ਇੱਕ ਵੱਖਰਾ ਵਿਸ਼ਾ ਵੱਖਰਾ ਮੁੱਦਾ ਵੱਖਰਾ ਪ੍ਰਸੰਗ ਆ ਇਹਦੇ ਵਿੱਚ ਕਿਸੇ ਨੂੰ ਕੁਸਪੈਕਟ ਨਹੀਂ ਕਰਨੀ ਚਾਹੀਦੀ ਕੋਈ ਮੰਨਦਾ ਨਹੀਂ ਮੰਨਦਾ ਨਾਸਤਿਕ ਆਸਤਿਕਾ ਕਿਸੇ ਧਰਮ ਨਾਲ ਜੁੜਿਆ ਕਿਸੇ ਧਰਮ ਨਾਲ ਨਹੀਂ ਜੁੜਿਆ ਇਹ ਗੱਲ ਉਹਦੇ ਉੱਤੇ ਛੱਡ ਦੇਣੀ ਚਾਹੀਦੀ ਆ ਪਰ ਕਿਸੇ ਵੀ ਧਰਮ ਦੇ ਉੱਤੇ ਗਲਤ ਟਿੱਪਣੀ ਨਹੀਂ ਕਰਨੀ ਚਾਹੀਦੀ ਪਰ ਜੋ ਕੁਝ ਨੂਪਰ ਨੇ ਕਿਹਾ ਉਹ ਬਹੁਤ ਗਲਤ ਪਰ ਜੋ ਕੁਝ ਉਸ ਤੋਂ ਬਾਅਦ ਇਹਨਾਂ ਜਨੂਨੀਆਂ ਦੇ ਵੱਲੋਂ ਮਾਰ ਦਿੱਤਾ ਗਿਆ ਬੰਦੇ ਦਾ ਕਤਲ ਕਰ ਦਿੱਤਾ ਗਿਆ ਸਹੀ ਇਹ ਵੀ ਨਹੀਂ ਇਦਾਂ ਵੀ ਨਹੀਂ ਹੋਣਾ ਚਾਹੀਦਾ ਜੋ ਕੁਝ ਕਰ ਦਿੱਤਾ ਗਿਆ ਤੇ ਜੋ ਉਹਨੇ ਮਾੜੀ ਟਿੱਪਣੀ ਕੀਤੀ ਸੀ ਨੂਪੁਰ ਨੇ ਤੇ ਉਹ ਵੀ ਬਰਦਾਸ਼ਤਯੋਗ ਨਹੀਂ ਉਹਦਾ ਵਿਰੋਧ ਹੋਇਆ ਤੇ ਹੋਣਾ ਵੀ ਚਾਹੀਦਾ ਸੀ ਮੈਨੂੰ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਆਲੇ-ਦੁਆਲੇ ਜਦੋਂ ਫਿਜ਼ਾ ਦੇ ਵਿੱਚ ਦੇਖਦੇ ਆ ਵੀ ਕਿਹੋ ਜੀਆਂ ਖਬਰਾਂ ਕਿਹੋ ਜੇ ਲੋਕਾਂ ਦੇ ਵਿਚਾਰ ਆ ਕਿਸ ਤਰੀਕੇ ਦੇ ਨਾਲ ਲੋਕ ਜ਼ਿੰਦਗੀ ਬਸਰ ਕਰ ਰਹੇ ਆ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਖਿਆਲ ਆ ਜਿਹੜੇ ਉਪੁੰਗ ਰਹੇ ਆ ਕਦੇ-ਕਦੇ ਦੁੱਖ ਹੁੰਦਾ ਵੀ ਭਾਰਤ ਦੇ ਵਿੱਚ ਯਾਰ ਇਹ ਸਾਰਾ ਕੁਝ ਕਦੋਂ ਕੁ ਰੁਕੂਗਾ ਕਿੱਥੇ ਕ ਜਾ ਕੇ ਰੁਕੂਗਾ ਭਾਰਤ ਦੇ ਵਿੱਚ ਬੰਦੇ ਨੂੰ ਵੱਢ ਦੇਣਾ ਭਾਰਤ ਦੇ ਵਿੱਚ ਬੰਦੇ ਨੂੰ ਧਰਮ ਦੇ ਨਾਂ ਦੇ ਉੱਤੇ ਖਤਮ ਕਰ ਦੇਣਾ ਇੱਕ ਖੇੜੀ ਜੀ ਬਣ ਕੇ ਰਹਿ ਗਈ ਆ ਪਤਾ ਨਹੀਂ ਉਹ ਬੇੜਾ ਕਦੋਂ ਆਊਗਾ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਸਮਝਾਂਗੇ ਵੀ ਦੋ ਚਾਰ ਪੰਜ ਮੂਰਖ ਮਤਿਆਂ ਦੇ ਕਰਕੇ ਕਿਸੇ ਧਰਮ ਨੂੰ ਖਤਰਾ ਨਹੀਂ ਪੈਦਾ ਹੁੰਦਾ ਇਹਦਾ ਮਤਲਬ ਇਹ ਵੀ ਨਹੀਂ ਵੀ ਕੋਈ ਕਿਸੇ ਧਰਮ ਨੂੰ ਗਾਲਾਂ ਕੱਢੀ ਜਾਵੇ ਅਪਸ਼ਬਦ ਵਰਤੇ ਇਹ ਵੀ ਨਹੀਂ ਚਾਹੀਦਾ ਪਰ ਇਦਾਂ ਬੰਦੇ ਦਾ ਕਤਲ ਕਰ ਦੇਣਾ ਇਹਦੇ ਨਾਲ ਲੋਕਾਂ ਦੇ ਵਿੱਚ ਇੱਕ ਖੌਫ ਪੈਦਾ ਹੁੰਦਾ ਇੱਕ دہشت ਪੈਦਾ ਹੁੰਦੀ ਹੈ ਸੋ ਹੁਣ ਕਾਨੂੰਨ ਕਿਵੇਂ ਆਪਣਾ ਕਾਰਵਾਈ ਕਰੂਗਾ ਤੇ ਉਥੋਂ ਦਾ ਮਾਹੌਲ ਆ ਜਿਹੜਾ ਉਹ ਪੁਲਿਸ ਦੇ ਵੱਲੋਂ ਸਾਹਮਣੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਪਰਤੇ ਵਾਲੇ ਦੇ ਖੇਤਰਾਂ ਦੇ ਵਿੱਚ ਅਗਲੀਆਂ ਖਬਰਾਂ ਕੀ ਆਉਣਗੀਆਂ ਇਹ ਵਕਤ ਦੱਸੂਗਾ ਪਰ ਜਿਹੜੀ ਅਸੀਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਗੱਲ ਕਰ ਰਹੇ ਸੀਗੇ ਇਹ ਸੈਸ਼ਨ ਆ ਜਿਹੜਾ ਉਹ 24 ਤਰੀਕ ਤੋਂ ਸ਼ੁਰੂ ਹੋਇਆ 27 ਤਰੀਕ ਨੂੰ ਪੰਜਾਬ ਦਾ ਬਜਟ ਪੇਸ਼ ਹੋ ਗਿਆ 30 ਤਰੀਕ ਤੱਕ ਇਹ ਬਜਟ ਸੈਸ਼ਨ ਚੱਲਣਾ ਤੇ ਇਹਦੇ ਵਿੱਚ ਜਿਸ ਤਰੀਕੇ ਦਾ ਨੂਰਾ ਕੁਸ਼ਤੀ ਹੋ ਰਹੀ ਹੈ ਜਿਵੇਂ ਸੌਂਕਣਾ ਦੇ ਵਾਂਗੂ ਮੇਹਣਾ ਮੇਣੀ ਹੋਇਆ ਜਾ ਰਿਹਾ ਉਹਦੇ ਉੱਤੇ ਹੈਰਾਨੀ ਹੁੰਦੀ ਹੈ ਚਾਹੀਦਾ ਇਹ ਆ ਵੀ ਕਾਂਗਰਸ ਇਹ ਦੱਸੇ ਕਿ ਅਸੀਂ ਆ ਆ ਕਮਾਲ ਦੇ ਕੰਮ ਕੀਤੇ ਸਨ ਤੇ ਹੁਣ ਅਸੀਂ ਇਹਨਾਂ ਗੱਲਾਂ ਦੇ ਉੱਤੇ ਬਾਜ਼ ਅੱਖ ਰੱਖ ਰਹੇ ਆ ਆਮਰ ਵੀ ਪਾਰਟੀ ਨੂੰ ਇਹ ਚਾਹੀਦਾ ਜੀ ਕਿ ਅਸੀਂ 3 ਸਵਾ 3 ਮਹੀਨਿਆਂ ਦੇ ਵਿੱਚ ਆ ਆ ਕੰਮ ਕਰ ਦਿੱਤੇ ਤੁਸੀਂ ਆ ਨਹੀਂ ਸੀ ਕੀਤੇ ਇਸ ਕਰਕੇ ਅਸੀਂ ਆਉਂਦੇ ਸਮੇਂ ਦੇ ਵਿੱਚ ਕਰਾਂਗੇ ਤੇ ਜੋ ਕਰਾਂਗੇ ਉਹ ਲੋਕ ਜਾਣਣਗੇ ਪਰ ਦੁੱਖ ਇਸ ਗੱਲ ਦਾ ਵੀ ਲੜਦੇ ਇਉਂ ਆ ਜਿਵੇਂ ਮੁਹੱਲਿਆਂ ਦੇ ਵਿੱਚ ਲੜਾਈ ਹੁੰਦੀ ਹੋਵੇ ਜਿਵੇਂ ਦੋ ਵੈਰੀ ਪਰਿਵਾਰ ਆਪਸ ਦੇ ਵਿੱਚ ਲੜ ਰਹੇ ਹੋਣ ਜਿਵੇਂ ਇਧਰਲੇ ਪਾਸੇ ਇੱਕ ਤੇ ਇਧਰਲੇ ਪਾਸੇ ਦੂਜਾ ਆਪਸ ਦੇ ਵਿੱਚ ਮਿਹਣੋ ਮਿਹਣੀ ਹੋ ਰਏ ਹੋਣ ਇਸ ਤਰੀਕੇ ਦੀ ਇਸ ਵੇਲੇ ਵਿਧਾਨ ਸਭਾ ਦੇ ਵਿੱਚ ਕਾਰਵਾਈ ਚੱਲ ਰਹੀ ਆ ਇੱਕ ਵਿਧਾਇਕ ਇਹ ਗੱਲ ਕਹਿੰਦਾ ਕਿ ਅਸੀਂ ਜੋ ਕੀਤਾ ਉਹ ਤੁਸੀਂ ਨਹੀਂ ਕਰ ਸਕੇ ਦੂਜਾ ਵਿਧਾਇਕ ਇਹ ਕਹਿੰਦਾ ਬਿਲਕੁਲ ਸਹੀ ਗੱਲ ਆ ਤੁਸੀਂ ਬਹੁਤ ਮਾੜਾ ਕੀਤਾ ਅਸੀਂ ਇਦਾਂ ਕਰ ਨਹੀਂ ਸਕੇ ਇੱਕ ਵਿਧਾਇਕ ਇਹ ਗੱਲ ਕਹਿੰਦਾ ਵੀ ਤੁਸੀਂ ਜੇਕਰ ਕੁਝ ਚੰਗਾ ਕੀਤਾ ਹੁੰਦਾ ਸੰਗਰੂਰ ਦੇ ਵਿੱਚ ਨਾ ਹਾਰਦੇ ਇੰਨਾ ਭੜਾ ਦੂਜਾ ਵਿਧਾਇਕ ਇਹ ਗੱਲ ਕਹਿੰਦਾ ਵੀ ਅਸੀਂ ਤਾਂ ਹਾਰੇ ਹੀ ਆ ਤੁਹਾਡਾ ਤਾਂ ਜਲੂਸ ਵੀ ਨਿਕਲਿਆ ਵੀ ਯਾਰ ਹੁਣ ਇਹਨਾਂ ਗੱਲਾਂ ਤੋਂ ਉੱਤੇ ਉਠੋ ਇਹਨਾਂ ਗੱਲਾਂ ਦੀ ਥਾਂ ਦੇ ਉੱਤੇ ਉਹ ਗੱਲਾਂ ਕਰੋ ਵੀ ਪੰਜਾਬ ਦੇ ਵਿੱਚ ਰੋਜ਼ਗਾਰ ਕਿਵੇਂ ਆਉਣਾ ਚਾਹੀਦਾ ਪੰਜਾਬ ਦੇ ਵਿੱਚ ਜਵਾਰੀ ਨੂੰ ਕਿਹੜੇ ਪਾਸੇ ਲਾਉਣਾ ਪੰਜਾਬ ਦੀ ਕਿਸਾਨੀ ਦਾ ਫਾਇਦਾ ਕਿਵੇਂ ਹੋਊਗਾ ਪੰਜਾਬ ਦੇ ਵਿੱਚ ਲੋਕਾਂ ਨੂੰ ਆਪਾਂ ਕਿਵੇਂ ਅੱਗੇ ਤੋਂ ਅੱਗੇ ਲੈ ਕੇ ਜਾਣਾ ਪੰਜਾਬ ਦੇ ਕੱਲੇ-ਕੱਲੇ ਬਸਲੇ ਨੂੰ ਕਿਵੇਂ ਹੱਲ ਕਰਨਾ ਲੰਘੇ ਕੱਲ ਪੰਜਾਬ ਦੇ ਜਿਹੜੇ ਮੰਤਰੀ ਨੇ ਜ਼ਿਲ੍ਹਾ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਸ ਉਹਨਾਂ ਦੇ ਵੱਲੋਂ ਮੁਖ्तार ਅंसारी ਦਾ ਮੁੱਦਾ ਚੁੱਕਿਆ ਗਿਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਾਂਗਰਸ ਨੇ ਉਸ ਬੰਦੇ ਨੂੰ ਵੀਆਈਪੀ ਸਿਕਿਉਰਿਟੀ ਵੀਆਈਪੀ ਸੁਰੱਖਿਆ ਵੀਆਈਪੀ ਟ੍ਰੀਟਮੈਂਟ ਦਿੱਤਾ ਜੇਲ੍ਹ ਦੇ ਵਿੱਚ ਬੈਠੇ ਨੂੰ 2 ਸਾਲ ਤੇ 3 ਮਹੀਨੇ ਉਹ ਪੰਜਾਬ ਦੇ ਉੱਤੇ ਬੋਝ ਬਣਿਆ ਰਿਹਾ ਲੱਖਾਂ ਰੁਪਏ ਦਾ ਬਿੱਲ ਹੁਣ ਪੰਜਾਬ ਦੀ ਵਰਤਮਾਨ ਸਰਕਾਰ ਨੂੰ ਵਕੀਲ ਆ ਰਿਹਾ ਵੀ ਭਾਈ 55 ਲੱਖ ਰੁਪਏ ਦਾ ਭੁਗਤਾਨ ਕੀਤਾ ਜਾਵੇ ਤਰੀਕਾ ਬਹੁਤ ਗਿਆ ਪਰ ਅਸੀਂ ਕਿਉਂ ਦੇਗੇ ਇਸ ਗੱਲ ਦੇ ਉੱਤੇ ਕਾਂਗਰਸੀ ਭਟਕ ਗਏ ਉਹ ਕਹਿੰਦੇ ਜੇਕਰ ਤੁਸੀਂ ਫਿਰ ਕਰਦੇ ਗੱਲ ਮੁਖ्तार ਅंसारी ਦੀ ਤੇ ਲਾਰੈਂਸ ਬਿਸ਼ਨੋਈ ਦੀ ਵੀ ਆਪਾਂ ਗੱਲ ਛੇੜ ਹੀ ਲੈਣੇ ਆ ਮੈਂ ਹੈਰਾਨ ਆ ਇਸ ਵਿਸ਼ੇ ਦੇ ਉੱਤੇ ਵੀ ਇਹ ਮੰਨ ਲਓ ਦੋਵੇਂ ਤਰ੍ਹਾਂ ਲੜ ਪਈਆਂ ਤੁਸੀਂ ਮੰਨ ਲਓ 1 ਮਿੰਟ ਦੇ ਲਈ ਕਿ ਇਧਰ ਲਈ ਧਿਰ ਕਹਿੰਦੀ ਵੀ ਭਾਈ ਤੁਸੀਂ ਮੁਖ्तार ਅंसारी ਪਾਲਿਆ ਇਧਰ ਲਈ ਧਿਰ ਕਹਿੰਦੀ ਜੀ ਤੁਸੀਂ ਲਾਰੈਂਸ ਬਿਸ਼ਨੋਈ ਪਾਲਿਆ ਦੋਵੇਂ ਆਪਸ ਦੇ ਵਿੱਚ ਸ਼ਬਦਕ ਤੌਰ ਤੇ ਗੁੱਥਮ ਗੁੱਥਾ ਹੋ ਗਏ ਤੇ ਚ ਪੰਜਾਬ ਦਾ ਫਾਇਦਾ ਕੀ ਹੈ ਦੋਵੇਂ ਧਿਰ ਆਪਸ ਦੇ ਵਿੱਚ ਲੜੀਆਂ ਨੇ ਦੇ ਵਿੱਚ ਪੰਜਾਬ ਦਾ ਦੁੱਕੀ ਦਾ ਫਾਇਦਾ ਹੈ ਕੋਈ ਇੱਕ ਨੇ ਕਹਤਾ ਵੀ ਤੁਸੀਂ ਪੰਜਾਬ ਬਰਬਾਦ ਕਰਦੇ ਦੂਜੀ ਕਹ ਰਹੀ ਤੁਸੀਂ ਪੰਜਾਬ ਬਰਬਾਦ ਕਰ ਰਹੇ ਹੋ ਤੇ ਪੰਜਾਬ ਤਾਂ ਸੱਚੀ ਮੁੱਚੀ ਬਰਬਾਦ ਹੋ ਰਿਹਾ ਇਹ ਪਹਿਲਾਂ ਵੀ ਹੋ ਰਿਹਾ ਸੀ ਅੱਜ ਵੀ ਹੋ ਰਿਹਾ ਸੋ ਕੌਣ ਪੰਜਾਬ ਨੂੰ ਬਚਾਊਗਾ ਸਵਾਲ ਇਹ ਹੈ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ ਪੰਜਾਬ ਵਿਧਾਨ ਸਭਾ ਦੇ ਵਿੱਚ ਲੰਘੇ ਕੱਲ ਗੈਂਗਸਟਰ ਮੁਖਤਾਰ ਅंसारी ਨੂੰ ਲੈ ਕੇ ਖੂਬ ਵਿਵਾਦ ਪੈਦਾ ਹੋਇਆ ਜੇਲ੍ਹ ਮੰਤਰੀ ਹਰਜੋਤ ਸਿੰਘ ਵੈਂਸ ਨੇ ਕਿਹਾ ਕਿ ਅंसारी ਨੂੰ ਫਰਜ਼ੀ ਐਫ ਆਈ ਆਰ ਦਰਜ ਕਰਕੇ 2 ਸਾਲ 3 ਮਹੀਨੇ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਜਿਹਦਾ ਚਲਾਨ ਤੱਕ ਪੇਸ਼ ਨਹੀਂ ਹੋਇਆ ਜੇਲ੍ਹ ਦੇ ਵਿੱਚ ਉਹ ਆਪਣੀ ਪਤਨੀ ਨਾਲ ਰਹਿੰਦਾ ਸੀ ਅंसारी ਨੂੰ ਜੇਲ੍ਹ ਦੇ ਵਿੱਚ ਵੀ ਆਈ ਪੀ ਟ੍ਰੀਟਮੈਂਟ ਮਿਲਿਆ ਮੈਂ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰਨ ਨੂੰ ਕਿਹਾ ਜੇਲ੍ਹ ਮੰਤਰੀ ਨੇ ਇਸ ਖੁਲਾਸੇ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਵਿਰੋਧੀ ਧਿਰ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇਲ੍ਹ ਮੰਤਰੀ ਨੇ ਇਹ ਗੱਲ ਵਿਧਾਨ ਸਭਾ ਦੇ ਵਿੱਚ ਕਹੀ ਹੈ ਜੇਕਰ ਇਹ ਗੱਲ ਸਾਬਤ ਨਾ ਕਰ ਸਕੇ ਤਾਂ ਮੰਤਰੀ ਨੂੰ ਅਸਤੀਫਾ ਦੇਣਾ ਪਵੇ ਜਾਈਦਾ ਇੱਥੇ ਵੀ ਦੱਸਣਾ ਮਿਲ ਨੂੰ 2 ਸਾਲ 3 ਮਹੀਨੇ ਤੱਕ ਪੰਜਾਬ ਦੀ ਰੋਪੜ ਜੇਲ੍ਹ ਦੇ ਵਿੱਚ ਰੱਖਿਆ ਗਿਆ ਜਿਵੇਂ ਕਿ ਹਰਜੋਤ ਬੈਂਸ ਨੇ ਖੁਲਾਸੇ ਕੀਤੇ ਨੇ ਅंसारी ਦੇ ਖਿਲਾਫ ਫਰਦੀ ਐਫ ਆਈ ਆਰ ਕੀਤੀ ਗਈ ਉਸ ਨੇ ਜਾਣ ਬੁੱਝ ਕੇ ਉਸ ਕੇਸ ਦੇ ਵਿੱਚ ਜ਼ਮਾਨਤ ਨਹੀਂ ਲਈ ਜਿਹੜੀ ਬੈਰਕ ਦੇ ਵਿੱਚ 25 ਕੈਦੀ ਹੋਣੇ ਚਾਹੀਦੇ ਆ ਉਹਦੇ ਵਿੱਚ ਉਹਦੀ ਪਤਨੀ ਰਹਿਦੀ ਸੀ ਯੂਪੀ ਸਰਕਾਰ ਨੇ 26 ਵਾਰ ਪ੍ਰੋਡਕਸ਼ਨ ਵਾਰੰਟ ਕੱਢਿਆ ਪਰ ਪੰਜਾਬ ਦੀ ਸਰਕਾਰ ਨੇ ਉੱਤਰ ਪ੍ਰਦੇਸ਼ ਨੂੰ ਨਹੀਂ ਭੇਜਿਆ ਤੇ ਯੂਪੀ ਸਰਕਾਰ ਸੁਪਰੀਮ ਕੋਰਟ ਗਈ ਤਾਂ ਇਹਦੇ ਵਿਰੋਧ ਦੇ ਵਿੱਚ ਪੰਜਾਬ ਦੀ ਸਰਕਾਰ ਨੇ 11 ਲੱਖ ਰੁਪਏ ਦੀ ਫੀਸ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨੂੰ ਹਾਇਰ ਕੀਤਾ ਹੁਣ ਇਹਦਾ 55 ਲੱਖ ਰੁਪਏ ਦਾ ਬਿੱਲ ਆਇਆ ਤੇ ਹਰਜੋਤ ਬੈਂਸ ਨੇ ਗੱਲ ਕਹੀ ਹੈ ਕਿ ਅਸੀਂ ਇਹ ਬਿੱਲ ਕਿਉਂ ਦੇਈਏ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਸਿੱਖਾਂਗੇ ਤੌੜੀ ਗੱਲ ਹੈ ਸ਼ਾਇਦ ਕਿਸੇ ਨੂੰ ਚੰਗੀ ਨਾ ਲੱਗੇ ਪਰ ਹੁਣ ਤੱਕ ਸਾਰੀਆਂ ਸਿਆਸੀ ਪਾਰਟੀਆਂ ਨੇ ਇੱਕੜ-ਦੁੱਕੜ ਨੂੰ ਚਲੋ ਆਪਾਂ ਕਹਿ ਦਿੰਦੇ ਹਾਂ ਫਲਾਣਾ ਰਾਜਨੀਤਿਕ ਨੇਤਾ ਇਹ ਹੋ ਜਾ ਨਹੀਂ ਆ ਫਲਾਣਾ ਨਹੀਂ ਹੈ ਪਰ ਸਾਰੀਆਂ ਸਿਆਸੀ ਪਾਰਟੀਆਂ ਨੇ ਗੈਂਗਸਟਰਾਂ ਨੂੰ ਪੈਦਾ ਕੀਤਾ ਆਪਣੀ ਇੱਛਾ ਦੇ ਮੁਤਾਬਕ ਤੇ ਆਪਣੀ ਲੋੜ ਦੇ ਮੁਤਾਬਕ ਜਵਾਨੀ ਨੂੰ ਵਰਤਿਆ ਤੇ ਵਰਤੇ ਜਾਣ ਤੋਂ ਬਾਅਦ ਉਹਨਾਂ ਨੂੰ ਪਰੇ ਸੁੱਟ ਦਿੱਤਾ ਤੇ ਬਾਅਦ ਦੇ ਵਿੱਚ ਉਹ ਅਪਰਾਧ ਦੀ ਦੁਨੀਆ ਦੇ ਵਿੱਚ ਗਏ ਆ ਹਾਲਾਂਕਿ ਅਸੀਂ ਵਿੱਚ ਜਵਾਨੀ ਦਾ ਵੀ ਕਸੂਰ ਮੰਨਦੇ ਆ ਵੀ ਜਿਹੜੇ ਅੱਖਾਂ ਬੰਦ ਕਰਕੇ ਨੇਤਾਵਾਂ ਦੇ ਪਿੱਛੇ ਬੂਥਾਂ ਦੇ ਉੱਤੇ ਕਬਜ਼ੇ ਕਰਦੇ ਰਹੇ ਉਹਨਾਂ ਨੇ ਭੁੱਲਾਂ ਇਹੋ ਜੀਆਂ ਕੀਤੀਆਂ ਵੀ ਹੌਲੀ ਹੌਲੀ ਭੁੱਲਾਂ ਗਲਤਗਾਨੀ ਗੁਨਾਹ ਬਣ ਗਈਆਂ ਤੇ ਅੱਜ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਸੁੱਕੇ ਪੱਤੇ ਵਾਂਗੂ ਕਮਦੀ ਵੀ ਆ ਕਿਉਂਕਿ ਜਰਮਨੀ ਦੁਨੀਆ ਦੇ ਵਿੱਚ ਉਹ ਪੈਰ ਇਹੋ ਜਾ ਧਰ ਗਏ ਪਰ ਇਸ ਮਾਮਲੇ ਦੇ ਉੱਤੇ ਇਹ ਸੋਚਣਾ ਚਾਹੀਦਾ ਜੀ ਕਿ ਭਵਿੱਖ ਦੇ ਵਿੱਚ ਗੈਂਗਸਟਰ ਪੈਦਾ ਨਾ ਹੋਣ ਇਹਦੇ ਲਈ ਕੀ ਕਰਨਾ ਸੋ ਜਿਹੜੀ ਗੱਲ ਕੱਲ ਹਰਜ ਕਿ ਪਿਛਲੀ ਸਰਕਾਰ ਨੇ ਆਹ ਕੁਝ ਕੀਤਾ ਮੁਖ्तार ਅंसारी ਦੇ ਮਾਮਲੇ ਚ ਤੇ ਸਤਾਧਾਰੀ ਧਿਰ ਨੂੰ ਇਸ ਗੱਲ ਦੀ ਚੁਣੌਤੀ ਦਿੱਤੀ ਆ ਵਿਰੋਧੀ ਧਿਰ ਨੇ ਜਾਨੀ ਕਿ ਕਾਂਗਰਸ ਨੇ ਤੇ ਹਰਜੋਤ ਬੈਂਸਰਾਂ ਨੂੰ ਇਹ ਗੱਲ ਕਹੀ ਆ ਕਿ ਜੋ ਤੁਸੀਂ ਦੋਸ਼ ਲਾ ਰਹੇ ਆ ਇਹ ਸਾਬਤ ਕਰਕੇ ਦਿਖਾਓ ਹੁਣ ਕਾਂਗਰਸ ਨੇ ਅੱਗੋਂ ਕੀ ਉੱਤਰ ਦਿੱਤਾ ਇਹ ਦੇਖੋ ਕਾਂਗਰਸੀ ਇਹ ਗੱਲ ਕਹਿੰਦੇ ਜੀ ਦੇਖੋ ਤੁਸੀਂ ਸਾਨੂੰ ਕਹਿੰਦੇ ਆ ਵੀ ਅਸੀਂ ਆਹ ਕੀਤਾ ਅਸੀਂ ਆਹ ਕੀਤਾ ਜਾਨੀ ਕਿ ਅਸੀਂ ਕੀਤਾ ਨਹੀਂ ਇਹ ਕੁਝ ਸੁਖਜਿੰਦਰ ਸਿੰਘ ਰੰਧਾਵਾ ਪਹਿਲਾਂ ਜੇਲ੍ਹ ਮੰਤਰੀ ਸੀ ਹੁਣ ਉਹ ਵਿਧਾਇਕ ਨੇ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਬੇਬੁਨਿਆਦ ਸਾਰੀਆਂ ਗੱਲਾਂ ਪਰ ਤਿਹਾਰ ਜੇਲ੍ਹ ਆ ਜੜੀ ਉਹ ਤਾਂ ਦਿੱਲੀ ਦੇ ਵਿੱਚ ਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਡਰ ਜੇਲ੍ਹਾਂ ਤੇ ਜੇਲ੍ਹ ਦੇ ਵਿੱਚ ਲਾਰੈਂਸ ਬਿਸ਼ਨੋਈ ਤੇ ਉਹ ਜੇਲ੍ਹ ਦੇ ਵਿੱਚ ਬੈਠਾ ਹੀ ਸਾਰਾ ਕੁਝ ਕਰਦਾ ਰਿਹਾ ਕਦੇ ਉਹ ਫਰੋਤਗਾਂ ਲੈਂਦਾ ਰਿਹਾ ਕਦੇ ਉਹ ਬੰਦੇ ਬਰਵਾਉਂਦਾ ਰਿਹਾ ਕਦੇ ਉਹ ਕਤਲ ਕਰਵਾਉਂਦਾ ਰਿਹਾ ਤੇ ਫਿਰ ਤੁਸੀਂ ਹੁਣ ਤੱਕ ਕੀ ਕੀਤਾ ਮਤਲਬ ਇਹ ਆ ਘਟ ਜਾ ਵੱਧ ਫਿਰ ਸਾਰੇ ਇੱਕੋ ਜਿਹੇ ਆ ਉਹ ਵੀ ਉਹੋ ਜਿਹੇ ਇਧਰ ਵੀ ਉਹੋ ਜਿਹੇ ਤੇ ਨੁਕਸਾਨ ਕੀਦਾ ਹੋਇਆ ਆਮ ਲੋਕਾਂ ਦਾ ਆਮ ਲੋਕਾਂ ਦਾ ਭਵਿੱਖ ਦੇ ਵਿੱਚ ਕਦੇ ਨੁਕਸਾਨ ਨਾ ਹੋਵੇ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਆ ਲੰਘ ਕੱਲ ਸ਼ਗਰਪ੍ਰੀਤ ਜਿਹੜਾ ਕਿ ਸਿੱਧੂ ਮੂਸੇਵਾਲਾ ਦਾ ਕਥਿਤ ਤੌਰ ਦੇ ਉੱਤੇ ਮੈਨੇਜਰ ਹੁਣ ਤੱਕ ਦੱਸਿਆ ਗਿਆ ਉਹਦੇ ਵੱਲੋਂ ਆਪਣੇ ਵਕੀਲ ਸਾਹਿਬਾਨ ਦੇ ਰਾਹੀਂ ਮਾਨਯੋਗ ਪੰਜਾਬ ਤੇ ਰਣਾ ਹਾਈ ਕੋਰਟ ਦੇ ਵਿੱਚ ਦੋ ਪਟੀਸ਼ਨਾਂ ਪਾਈ ਗਈਆਂ ਆਪਾਂ ਜਾਣਦੇ ਹਾਂ ਕਿ ਸ਼ਗਨਪ੍ਰੀਤ ਦਾ ਨਾਂ ਹੁਣ ਤੱਕ ਕਿਹੜੇ ਕਿਹੜੇ ਮਾਮਲਿਆਂ ਦੇ ਵਿੱਚ ਵੱਜਦਾ ਇਹ ਗੱਲ ਸਾਹਮਣੇ ਆਉਂਦੀ ਰਹੀ ਆ ਹੁਣ ਤੱਕ ਖਬਰਾਂ ਦੇ ਰੂਪ ਦੇ ਵਿੱਚ ਕਿ ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦਾ ਮੈਨੇਜਰ ਰਿਹਾ ਵਿੱਕੀ ਬਿੱड्डੂ ਖੇੜੇ ਦੇ ਕਤਲ ਤੋਂ ਬਾਅਦ ਕਥਿਤ ਤੌਰ ਦੇ ਉੱਤੇ ਲੱਗੇ ਦੋਸ਼ਾਂ ਦੇ ਮੁਤਾਬਕ ਜਾਂ ਪ੍ਰਗਟਾਏ ਗਏ ਸ਼ੱਕ ਦੇ ਮੁਤਾਬਕ ਸ਼ਗਨਪ੍ਰੀਤ ਦੇ ਵੱਲੋਂ ਜਿਹੜੇ ਕਾਤਲ ਨਹੀਂ ਉਹਨਾਂ ਦੀ ਮਦਦ ਕੀਤੀ ਗਈ ਉਸ ਤੋਂ ਬਾਅਦ ਜਿਵੇਂ ਕਿ ਦੋਸ਼ ਲੱਗੇ ਸਿੱਧੂ ਦੇ ਵੱਲੋਂ ਆਪਣੇ ਮੈਨੇਜਰ ਨੂੰ ਆਸਟ੍ਰੇਲੀਆ ਪੁਚਾੜ ਦਿੱਤਾ ਗਿਆ ਜਾਂ ਕਿਤੇ ਵੀ ਹੋਰ ਪੁਚਾੜ ਦਿੱਤਾ ਗਿਆ ਪਰ ਹੁਣ ਜਦੋਂ ਇਹ ਮਾਮਲਾ ਕਤਲ ਕਾਂਡ ਦੇ ਵਿੱਚੋਂ ਕਈ ਨਵੇਂ ਤੋਂ ਨਵੇਂ ਤੋਂ ਨਵੇਂ ਮੋੜਾਂ ਨਾਲ ਵਧਦਾ ਹੈ ਤਾਂ ਸ਼ਗਨਪ੍ਰੀਤ ਦੇ ਵੱਲੋਂ ਪਤਾ ਲੱਗਾ ਕਿ ਅਦਾਲਤ ਦੇ ਵਿੱਚ ਦੋ ਪਟੀਸ਼ਨਾਂ ਪਾਈਆਂ ਗਈਆਂ ਇਹਨਾਂ ਪਟੀਸ਼ਨਾਂ ਦੇ ਉੱਤੇ ਮਾਨਯੋਗ ਅਦਾਲਤ ਦੇ ਵੱਲੋਂ ਕੀ ਸੁਣਵਾਈ ਕੀਤੀ ਜਾਊਗੀ ਆਉਣ ਦੇਣਾਂ ਦੇ ਵਿੱਚ ਕੀ ਫੈਸਲਾ ਕੀਤਾ ਜਾਊਗਾ ਕੀ ਆਦੇਸ਼ ਜਾਰੀ ਕੀਤਾ ਜਾਊਗਾ ਇਹ ਵਕਤ ਦੱਸੂਗਾ ਪਰ ਇੱਕ ਪਟੀਸ਼ਨ ਦੇ ਵਿੱਚ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਗਈ ਹੈ ਦੂਜੀ ਪਟੀਸ਼ਨ ਦੇ ਵਿੱਚ ਜਾਨੀ ਤੇ ਮਾਲੀ ਨੁਕਸਾਨ ਨਾ ਹੋਵੇ ਇਹਦੇ ਵਾਸਤੇ ਸਿਕਿਉਰਿਟੀ ਦੀ ਸੁਰੱਖਿਆ ਕਰਮਚਾਰੀਆਂ ਦੀ ਮੰਗ ਕੀਤੀ ਗਈ ਹੈ ਸੋ ਇਹ ਵਕਤ ਦੱਸੂਗਾ ਜੀ ਕਿ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਕੀ ਆਉਦਾ ਪਰ ਇਹਦੇ ਨਾਲ ਹੀ ਇੱਕ ਜਾਣਕਾਰੀ ਹੋਰ ਦੇਣੀ ਬਣਦੀ ਹੈ ਕਿ 23 ਤਰੀਕ ਨੂੰ ਸ਼ਾਮੀ 6 ਵਜੇ ਐਸਵਾਈਐਲ ਗੀਤ ਰੀਲਿਸ ਹੋਇਆ ਸੀ ਸਿੱਧੂ ਮੂਸੇਵਾਲੇ ਦਾ ਉਹਨੂੰ ਭਾਰਤ ਦੀ ਸਰਕਾਰ ਦੇ ਵੱਲੋਂ ਕਹਿ ਰਹੀ ਹੈ ਵੀ ਸ਼ਿਕਾਇਤ ਕਰਨੇ ਕਰਕੇ ਜਾਂ ਕਿਸੇ ਦੇ ਵੱਲੋਂ ਵੀ ਸ਼ਿਕਾਇਤ ਕਰਨੇ ਕਰਕੇ ਭਾਰਤ ਦੇ ਵਿੱਚ ਬੈਨ ਲਾੜਤਾ ਗਿਆ ਪਾਬੰਦੀ ਲਾ ਦਿੱਤੀ ਗਈ ਹੈ ਉਸ ਤੋਂ ਬਾਅਦ ਜਿਹੜੇ ਪ੍ਰਸ਼ੰਸਕ ਨੇ ਸਿੱਧੂ ਮੂਸੇਵਾਲੇ ਦੇ ਉਹ ਇਸ ਗੱਲੋਂ ਮਸੂਸੇ ਹੋਏ ਆ ਉਹ ਕਹਿੰਦੇ ਵੀ ਇਹ ਗਲਤ ਕੀਤਾ ਗਿਆ ਇਹਦਾ ਨਹੀਂ ਸੀ ਹੋਣਾ ਚਾਹੀਦਾ ਪਰ ਸਿੱਧੂ ਮੂਸੇਵਾਲੇ ਦਾ ਇਹ ਗੀਤ ਇੱਕ ਦੋ ਦਿਨ ਪਹਿਲਾਂ ਲੀਕ ਹੋ ਗਿਆ ਸੀ ਯਾਨੀ ਕਿ 23 ਤਰੀਕ ਤੋਂ ਪਹਿਲਾਂ ਇਹ ਗੀਤ ਲੀਕ ਹੋਇਆ ਸੀ ਉਸ ਤੋਂ ਬਾਅਦ ਪਿਤਾ ਦੇ ਵੱਲੋਂ ਯਾਨੀ ਕਿ ਸਿੱਧੂ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੇ ਵੱਲੋਂ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਗਈ ਪੁਲਿਸ ਦੇ ਵੱਲੋਂ ਇੱਕ ਨੌਜਵਾਨ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਜਿਹੜੇ ਚਰਨ ਕੌਰ ਉਹਨਾਂ ਦੇ ਵੱਲੋਂ ਉਸ ਨੌਜਵਾਨ ਨੂੰ ਮਾਫ ਕਰ ਦਿੱਤਾ ਗਿਆ ਤੇ ਇਹ ਵੀ ਗੱਲ ਕਹੀ ਗਈ ਹੈ ਪੰਚਾਇਤ ਦੇ ਵੱਲੋਂ ਕਿ ਭਵਿੱਖ ਦੇ ਵਿੱਚ ਕੋਈ ਵੀ ਜੇਕਰ ਇਹੋ ਜਿਹਾ ਗੁਨਾਹ ਕਰੂਗਾ ਤਾਂ ਅਸੀਂ ਉਹਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਾਂਗੇ ਨਹੀਂ ਕਿਉਂਕਿ ਸਿੱਧੂ ਦੇ ਮਾਤਾ ਜੀ ਇਸ ਵੇਲੇ ਪਿੰਡ ਦੇ ਸਰਪੰਚ ਵੀ ਹੈ ਇਸ ਕਰਕੇ ਵੱਡਾਪਣ ਦਿਖਾਇਆ ਉਹਨਾਂ ਨੇ ਵੀ ਭਾਵੇਂ ਕੇ ਪੁੱਤ ਦਾ ਗੀਤ ਲੀਕ ਕਰ ਦਿੱਤਾ ਗਿਆ ਪਰ ਲੀਕ ਕਰਨ ਵਾਲੇ ਨੂੰ ਵੀ ਉਹਨਾਂ ਨੇ ਮਾਫ਼ ਕੀਤਾ ਇਹ ਇੱਕ ਵੱਡਪਣ ਵਾਲੀ ਗੱਲ ਹੈ ਸੋ ਉਸ ਤੋਂ ਅਗਲੀ ਗੱਲ ਇਹ ਹੈ ਜੀ ਕਿ ਆਉਂਦੇ ਦਿਨਾਂ ਦੇ ਵਿੱਚ ਕੁਝ ਵੀ ਇਹੋ ਜਿਹਾ ਅਨਸੁਖਾਵਾਂ ਨਾ ਵਾਪਰੇ ਜਿਹੜਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਨਵੀਂ ਪੀੜ ਦੇ ਕੇ ਜਾਵੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਪੰਜਾਬ ਦੇ ਵਿੱਚ ਸਭ ਕੁਝ ਠੀਕ ਰਹੇ ਪਰ ਪਹਿਲਾਂ ਇਸ ਰਿਪੋਰਟ ਦਾ ਵੀਰਵਾ ਸੰਝਾ ਕਰਦੇ ਹਾਂ ਕਿ ਸ਼ਗਨਪ੍ਰੀਤ ਦੇ ਵੱਲੋਂ ਕੀ ਕੀ ਮੰਗ ਕੀਤੀ ਗਈ ਆ ਮਾਨਯੋਗ ਅਦਾਲਤ ਦੇ ਕੋਲੋਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਰੀਬੀ ਸ਼ਗਨਪ੍ਰੀਤ ਪੰਜਾਬ ਤੇ ਰੈਣਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਖਦ ਨੂੰ ਮੂਸੇ ਵਾਲੇ ਦਾ ਮੈਨੇਜਰ ਦੱਸਦੇ ਹੋਏ ਸ਼ਗਨਪ੍ਰੀਤ ਨੇ ਹਾਈ ਕੋਰਟ ਦੇ ਵਿੱਚ ਦੋ ਪਟੀਸ਼ਨਾਂ ਦਾਖਲ ਕੀਤੀਆਂ ਨੇ ਸ਼ਗਨਪ੍ਰੀਤ ਨੇ ਅਕਾਲੀ ਨੇਤਾ ਵਿੱਕੀ ਮਿੱਡੂ ਖੇੜਾ ਦੇ ਕਤਲ ਕੇਸ ਦੇ ਵਿੱਚ ਅਗਾਊਂ ਜ਼ਮਾਨਤ ਮੰਗੀ ਹੈ ਦੂਜੇ ਪਾਸੇ ਗੈਂਗਸਟਰ ਲਾਰੈਂਸ ਤੇ 골ਡੀ ਬਰਾੜ ਦੇ ਕੋਲੋਂ ਜਾਨ ਦਾ ਖਤਰਾ ਵੀ ਦੱਸਿਆ ਉਸ ਨੇ ਹਾਈ ਕੋਰਟ ਤੋਂ ਸੁਰੱਖਿਆ ਮੰਗੀ ਹੈ ਉਸ ਨੇ ਵੀ ਗੱਲ ਕਹੀ ਕਿ ਜਦੋਂ ਵੀ ਉਹ ਮੋਹਾਲੀ ਆਵੇ ਤਾਂ 에어ਪੋਰਟ ਤੋਂ ਲੈ ਕੇ ਇਹ ਜਗ੍ਹਾ ਤੱਕ ਜਾਣ ਦੇ ਲਈ ਉਸ ਨੂੰ ਸਿਕਿਉਰਿਟੀ ਮੁਹੱਈਆ ਕਰਾਈ ਜਾਵੇ ਇਹਨਾਂ ਪਟੀਸ਼ਨਾਂ ਦੇ ਉੱਤੇ ਛੇਤੀ ਸੁਣਵਾਈ ਹੋ ਸਕਦੀ ਹੈ ਸ਼ਗਨਪ੍ਰੀਤ ਸਿੱਧੂ ਮੂਸੇਵਾਲੇ ਦਾ ਕਰੀਬੀ ਹੈ ਉਹ ਪਹਿਲਾਂ ਮੂਸੇਵਾਲੇ ਦੇ ਨਾਲ ਹੀ ਰਹਿੰਦਾ ਸੀ ਮੂਸੇਵਾਲੇ ਦੇ ਸਾਰੇ ਸ਼ੋਅ ਦਾ ਪ੍ਰਬੰਧ ਕਰਦਾ ਸੀ ਹਾਲਾਂਕਿ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਮੁਹਾਲੀ ਦੇ ਵਿੱਚ ਮਿੱਡੂ ਖੇੜਾ ਦੇ ਕਤਲ ਦੇ ਵਿੱਚ ਉਸ ਦਾ ਨਾਂ ਕਠਿਤ ਤੌਰ ਦੇ ਉੱਤੇ ਸਾਹਮਣੇ ਆਇਆ ਉਦੋਂ ਇਹ ਗੱਲ ਕਹੀ ਗਈ ਕਿ ਦਿੱਲੀ ਪੁਲਿਸ ਦੀ ਪੜਤਾਲ ਦੇ ਵਿੱਚ ਉਸ ਦਾ ਸਬੰਧ ਵਿੱਕੀ ਮਿੱਡੂ ਖੇੜਾ ਕਤਲ ਦਾ ਜ਼ਿੰਮਾ ਲੈਣ ਵਾਲੇ ਗੈਂਗਸਟਰ ਕੌਸ਼ਲ ਚੌਧਰੀ ਦੇ ਸ਼ਾਰਪ ਸ਼ੂਟਰਾਂ ਦੇ ਨਾਲ ਹੈ ਇਸ ਤੋਂ ਬਾਅਦ ਸ਼ਗਨਪ੍ਰੀਤ ਅਚਾਨਕ ਆਸਟ੍ਰੇਲੀਆ ਚਲਾ ਗਿਆ ਉਦੋਂ ਤੋਂ ਉਹ ਉੱਥੇ ਹੀ ਰਹਿ ਰਿਹਾ ਮੂਸੇਵਾਲਾ ਦੀ ਹਤਿਆਰ ਕਰਨ ਵਾਲੇ ਲਾਰੈਂਸ ਗੈਂਗ ਨੂੰ ਸ਼ੱਕ ਹੈ ਕਿ ਸ਼ਗਨਪ੍ਰੀਤ ਨੂੰ ਮੂਸੇਵਾਲਾ ਨੇ ਹੀ ਆਸਟ੍ਰੇਲੀਆ ਭਜਾਉਣ ਦੇ ਵਿੱਚ ਮਦਦ ਤੇ ਇਹ ਵੀ ਸੰਭਾਵਨਾ ਪਰਟਾਈ ਜਾਂਦੀ ਹੈ ਕਿ ਇਸੇ ਰੰਜਿਸ਼ ਦੇ ਕਰਕੇ ਲਾਰੈਂਸ ਗੈਂਗ ਨੇ ਮੂਸੇ ਵਾਲੇ ਦਾ ਕਤਲ ਕੀਤਾ ਸ਼ਗਨਪ੍ਰੀਤ ਨੇ ਉੱਤੇ ਸ਼ੱਕ ਸੀ ਕਿ ਉਸ ਨੇ ਮਿੱਡੂ ਖੇੜਾ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਜ਼ ਨੂੰ ਲੁਕਣ ਦੀ ਜਗ੍ਹਾ ਦਿੱਤੀ ਸੀ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਸੇ ਕਹਾਂਗੇ ਇਹ ਵਕਤ ਬਿਆਨ ਕਰੂਗਾ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨੂੰ ਤੇ ਪੰਜਾਬ ਦੇ ਵਿੱਚ ਵਸਦੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਿਵੇਂ ਤੇ ਕਿੰਨਾ ਕ ਇਨਸਾਫ ਮਿਲਦਾ ਤੇ ਕਿਹੜੇ-ਕਿਹੜੇ ਵੇਲੇ ਇਨਸਾਫ ਮਿਲਦਾ ਪੰਜਾਬ ਦੇ ਲੋਕ ਇਸ ਗੱਲ ਦੀ ਮੰਗ ਕਰ ਰਹੇ ਆ ਕਿ ਛੇਤੀ ਤੋਂ ਛੇਤੀ ਇਨਸਾਫ ਮਿਲੇ ਪਰ ਵਕਤ ਨੇ ਬਿਆਨ ਕਰਨਾ ਵੀ ਭਾਈ ਇਨਸਾਫ ਦੂਰ ਦੀ ਕੌਡੀ ਐ ਜਾਂ ਫਿਰ ਨੇੜੇ ਦੀ ਐ ਇਨਸਾਫ ਛੇਤੀ ਮਿਲਦਾ ਜਾਂ ਲੇਟ ਲਤੀਫੀ ਨਾਲ ਮਿਲਦਾ ਜਾਂ ਫਿਰ ਨਹੀਂ ਮਿਲਦਾ ਇਹ ਵਕਤ ਨੇ ਸਾਰਾ ਕੁਝ ਬਿਆਨ ਕਰ ਦੇਣਾ ਪਰ ਜਿਸ ਤਰੀਕੇ ਦੇ ਨਾਲ ਹੁਣ ਤੱਕ ਇਸ ਮਾਮਲੇ ਦੇ ਵਿੱਚ ਨਵੇਂ ਤੋਂ ਨਵੇਂ ਤੋਂ ਨਵੇਂ ਮੋੜ ਆਏ ਆ ਉਹਨਾਂ ਦੇ ਕਰਕੇ ਕਈ ਵਾਰੀ ਸ਼ੰਕਾ ਜੀ ਵੀ ਪੈਦਾ ਹੁੰਦੀ ਵੀ ਯਾਰ ਕਿਤੇ ਇਹ ਮਾਮਲਾ ਊਠ ਦੇ ਬੁੱਲ ਵਾਂਗੂ ਲਟਕਦਾ ਹੀ ਨਾ ਰਹਿ ਜੇ ਕਿਤੇ ਇਹੀ ਨਾ ਹੋਵੇ ਬਾਕੀ ਮੁੱਦਿਆਂ ਦੀ ਵਾਂਗ ਇਹ ਵੀ ਮੁੱਦਾ ਬੱਸ ਬੀਤੇ ਦੀ ਬਾਤ ਜਿਵੇਂ ਬਣ ਕੇ ਰਹਿ ਜੇ ਅਧ ਵਿਚਾਰੇ ਜੇ ਗੱਲ ਲਮਕਦੀ ਰਹੇ ਜੇ ਭੰਬਲ ਪੂਸਾ ਜਾਂ ਬਰਕਰਾਰ ਰਹੇ ਹਾਲਾਂਕਿ ਜਿਸ ਤਰੀਕੇ ਦੇ ਨਾਲ ਹੁਣ ਸ਼ਗਨਪ੍ਰੀਤ ਦੇ ਵੱਲੋਂ ਭਾਰਤ ਦੇ ਵਿੱਚ ਆਉਣ ਦੀ ਗੱਲ ਕਹੀ ਗਈ ਹੈ ਤੇ ਮੰਗ ਕੀਤੀ ਗਈ ਹੈ ਕਿ ਮੇਰੀ ਸਿਕਿਉਰਟੀ ਬਹैया ਕਰਾਈ ਜਾਵੇ ਸਿਕਿਉਰਟੀ ਮੈਨੂੰ ਮਿਲਣੀ ਚਾਹੀਦੀ ਹੈ ਤਾਂ ਜੋ ਮੇਰੀ ਜਾਨ ਨੂੰ ਖਤਰਾ ਨਾ ਪੈਦਾ ਹੋਵੇ ਅਸਲ ਵਿੱਚ ਸ਼ਗਨਪ੍ਰੀਤ ਜਾਂ ਕੋਈ ਵੀ ਇਸ ਮਾਮਲੇ ਦੇ ਵਿੱਚ ਹੋਰ ਹੈ ਜਿਹੜਾ ਕਿ ਸਿੱਧੇ ਤੇ ਅਸਿੱਧੇ ਤੌਰ ਦੇ ਉੱਤੇ ਸਚਾਈ ਨੂੰ ਬਿਆਨ ਕਰ ਸਕਦਾ ਉਹਨਾਂ ਨੂੰ ਆਪਣਾ ਪੱਖ ਰੱਖਣਾ ਚਾਹੀਦਾ ਉਹਨਾਂ ਨੂੰ ਸਾਹਮਣੇ ਆ ਕੇ ਸਮੇਂ ਦੀ ਸੱਚਾਈ ਦੱਸਣੀ ਚਾਹੀਦੀ ਹੈ ਕਿਉਂਕਿ ਇਦਾਂ ਨਾਲ ਪੁਲਿਸ ਦੀ ਵੀ ਮਦਦ ਹੋਊਗੀ ਕਿ ਸ਼ਾਇਦ ਇਨਸਾਫ ਤਕਵੀਸ਼ੀ ਪਹੁੰਚਾ ਜਾ ਸਕੇ ਸ਼ਗਨਪ੍ਰੀਤ ਦੇ ਉੱਤੇ ਕਥਿਤ ਤੌਰ ਦੇ ਉੱਤੇ ਇਲਜ਼ਾਮ ਕਈ ਲੱਗੇ ਆ ਪਰ ਇਹਨਾਂ ਇਲਜ਼ਾਮਾਂ ਨੂੰ ਲੱਗਣ ਤੋਂ ਬਾਅਦ ਦੇਖੋ ਬਹੁਤ ਵੱਡੇ ਵੱਡੇ ਇਲਜ਼ਾਮ ਲੱਗੇ ਕਿ ਬਾਹਰ ਭਜਾ ਦਿੱਤਾ ਗਿਆ ਉਹ ਆਸਟ੍ਰੇਲੀਆ ਦੇ ਵਿੱਚ ਹੈ ਉਹਨੇ ਵਿੱਕੀ ਮਿੱਡੂ ਖੜਾ ਦੇ ਕਾਤਲਾਂ ਨੂੰ ਪਨਾਹ ਦਿੱਤੀ ਸੀ ਜਾਂ ਉਹਨਾਂ ਦੀ ਮਦਦ ਕੀਤੀ ਸੀ ਪਰ ਇਹਨਾਂ ਕੁਝ ਹੋਣ ਦੇ ਬਾਵਜੂਦ ਕਦੇ ਵੀ ਸ਼ਗਨਪ੍ਰੀਤ ਦੇ ਵੱਲੋਂ ਇੱਕ ਵੀਡੀਓ ਜਾਂ ਆਡੀਓ ਜਾਂ ਖਬਰ ਦੇ ਰੂਪ ਦੇ ਵਿੱਚ ਕੋਈ ਜਾਣਕਾਰੀ ਸਫਾਈ ਦੇ ਰੂਪ ਦੇ ਵਿੱਚ ਨਹੀਂ ਦਿੱਤੀ ਗਈ ਕਦੇ ਵੀ ਸ਼ਗਨਪ੍ਰੀਤ ਦੇ ਵੱਲੋਂ ਇਹ ਗੱਲ ਨਹੀਂ ਰਸੀ ਗਈ ਕਿ ਮੈਂ ਇਹ ਕੁਝ ਨਹੀਂ ਕੀਤਾ ਜਾਂ ਮੇਰਾ ਇਹਦੇ ਬਾਬਤ ਕੀ ਪੱਖਾ ਹੈ ਮੇਰੇ ਉੱਤੇ ਇਲਜ਼ਾਮ ਲੱਗ ਰਹੇ ਆ ਜਾਂ ਇਹਦਾ ਪੱਖ ਦੇ ਵਿੱਚ ਮੈਂ ਆ ਆਪਣੀ ਗੱਲ ਕਹਿਣੀ ਚਾਹੁੰਦਾ ਹਾਲਾਂਕਿ ਜਿਸ ਤਰੀਕੇ ਨਾਲ ਮਨਕੀਰਤ ਔਲਖ ਦੇ ਉੱਤੇ ਇੱਕ ਤਥ ਤੌਰ ਦੇ ਉੱਤੇ ਦੋਸ਼ ਲੱਗੇ ਉਹਨੇ ਵਾਰ-ਵਾਰ ਕਈ ਵਾਰ ਇੰਸਟਾਗ੍ਰam ਦੇ ਉੱਤੇ ਤੇ ਸੋਸ਼ਲ ਮੀਡੀਆ ਦੇ ਹੋਰ ਅੰਗਾਂ ਦੇ ਉੱਤੇ ਆਪਨਾ ਪੱਖ ਰੱਖਿਆ ਵੀਡੀਓ ਵੀ ਪੇਸ਼ ਕੀਤੀ ਕਿ ਭਾਈ ਇਦਾਂ ਦਾ ਕੁਝ ਨਹੀਂ ਹੈ ਮੈਂ ਇਦਾਂ ਦਾ ਕੁਝ ਨਹੀਂ ਕੀਤਾ ਹੁਣ ਮਨਕੀਰ ਤੌਲਖ ਨੂੰ ਆਪਾਂ ਜਾਣ ਦੇ ਕਲੀਨ ਚਟਵੀ ਮਿਲ ਗਈ ਹੈ ਪਰ ਉਸੇ ਤਰੀਕੇ ਨਾਲ ਸ਼ਗਨਪ੍ਰੀਤ ਨੂੰ ਵੀ ਆਪਣਾ ਪੱਖ ਰੱਖਣਾ ਚਾਹੀਦਾ ਸੀ ਪਤਾ ਨਹੀਂ ਉਹ ਕਿਹੜੇ ਕਾਰਨ ਹੋਣਗੇ ਜਿਹਦੇ ਕਰਕੇ ਉਹਦੇ ਵੱਲੋਂ ਕਦੇ ਆਪਣਾ ਪੱਖ ਨਹੀਂ ਰੱਖਿਆ ਗਿਆ ਪਤਾ ਨਹੀਂ ਉਹ ਕਿਹੜੇ ਕਾਰਨ ਹੋਣਗੇ ਜਿਹਦੇ ਕਰਕੇ ਉਹਦੇ ਵੱਲੋਂ ਸਾਹਮਣੇ ਆ ਕੇ ਕੋਈ ਸਫਾਈ ਪੇਸ਼ ਨਹੀਂ ਕੀਤੀ ਗਈ ਜਾਂ ਉਹਦੇ ਵੱਲੋਂ ਲੋੜ ਨਹੀਂ ਸਮਝੀ ਜਾਂਦੀ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਹੈ ਇਹ ਸਮੇਂ ਨੇ ਬਿਆਨ ਕਰਨਾ ਪਰ ਕੀ ਸ਼ਗਨਪ੍ਰੀਤ ਭਾਰਤ ਦੇ ਵਿੱਚ ਵਾਪਸ ਆਊ ਕੀ ਅਦਾਲਤ ਦੇ ਵੱਲੋਂ ਉਹਨੂੰ ਸਿਕਿਉਰਿਟੀ ਮੁਹੱਈਆ ਕਰਾਉਣ ਦੀ ਗੱਲ ਮੰਨੀ ਜਾਊ ਕੀ ਉਹ ਆ ਕੇ ਜਾਂਚ ਪੜਤਾਲ ਦੇ ਵਿੱਚ ਸਹਿਯੋਗ ਦੇਊ ਕੀ ਉਸ ਦੇ ਉਂ ਦਿੱਤਾ ਗਿਆ ਸਹਿਯੋਗ ਕਿਸੇ ਹੋਰ ਕਾਤਲ ਤੱਕ ਪਹੁੰਚੜ ਦੇ ਵਿੱਚ ਯੋਗਦਾਨ ਪਾਊ ਇਹ ਆਉਣ ਵਾਲੇ ਵਕਤ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਪਰ ਅਸੀਂ ਫਿਰ ਇਹ ਚਾਹੁੰਦੇ ਆ ਕਿ ਜਲਦ ਤੋਂ ਜਲਦ ਕਾਤਲ ਸਾਰੇ ਦੇ ਸਾਰੇ ਗ੍ਰਿਫਤਾਰ ਹੋਣ ਤੇ ਇਨਸਾਫ ਮਿਲੇ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਅਲਵਿਦਾ ਕਹਿ ਰਹੇ ਆ ਕਦੇ ਖਬਰ ਆਉਂਦੀ ਸੀ ਜਦੋਂ ਵਿਧਾਨ ਸਭਾ ਦੇ ਵਿੱਚ ਤਿੰਨ ਸੀਟਾਂ ਮਿਲੀਆਂ ਉਦੋਂ ਕਿ ਉਹ ਤਾਂ ਜੀ ਪ੍ਰਧਾਨਗੀ ਛੱਡਣ ਲੱਗੇ ਆ ਹੁਣ ਖਬਰ ਆ ਰਹੀ ਹੈ ਜੀ ਕਿ ਸੰਗਰੂਰ ਦੇ ਵਿੱਚ ਮਾੜੀ ਹਾਲਤ ਹੋਈ ਆ ਪੰਜ ਪਾਰਟੀਆਂ ਦਾ ਮੁਖ ਤੌਰ ਤੇ ਮੁਕਾਬਲਾ ਸੀ ਅਕਾਲੀ ਦਲ ਦੀ ਉਮੀਦਵਾਰ ਪੰਜਵੇਂ ਨੰਬਰ ਦੇ ਉੱਤੇ ਰਹੀ ਆ ਇਸ ਕਰਕੇ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ ਲੱਗੇ ਆ ਕਦੇ ਖਬਰ ਆਉਂਦੀ ਆ ਕਿ ਬਲਵਿੰਦਰ ਸਿੰਘ ਭੁੰਦੜ ਪ੍ਰਧਾਨ ਬਣ ਗਏ ਕਦੇ ਖਬਰ ਆਉਂਦੀ ਆ ਜੀ ਕਿ ਮਨਪ੍ਰੀਤ ਸਿੰਘ ਈਆਲੀ ਪ੍ਰਧਾਨ ਬਣ ਗਏ ਇਹ ਪਾਰਟੀ ਦਾ ਵਿਸ਼ਾ ਕਿਹਨੂੰ ਪ੍ਰਧਾਨ ਬਣਾਉਣਾ ਤੇ ਕਿਹਨੂੰ ਨਹੀਂ ਪਰ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਇਹ ਗੱਲ ਕਹੀ ਆ ਕਿ 1-2 ਹਾਰਾਂ ਤੋਂ ਬਾਅਦ ਪਾਰਟੀਆਂ ਇਦਾਂ ਦੇ ਫੈਸਲੇ ਨਹੀਂ ਕਰਦੀਆਂ ਸੁਖਬੀਰ ਸਿੰਘ ਬਾਦਲ ਤੋਂ ਸਾਰੀ ਪਾਰਟੀ ਜਿਹੜੀ ਉਹ ਪ੍ਰਸੰਨ ਵੀ ਹੈ ਸੁਖਬੀਰ ਸਿੰਘ ਬਾਦਲਾ ਜਿਹੜੇ ਉਹ ਪਾਰਟੀ ਲਈ ਬਹੁਤ ਕੁਝ ਕਰਕੇ ਗਏ ਆ ਕਰ ਰਹੇ ਆ ਤੇ ਉਹਨਾਂ ਦਾ ਇਹ ਵੀ ਕਹਿਣਾ ਜੀ ਕਿ ਇਹ ਸਾਰੀਆਂ ਖਬਰਾਂ ਨਿਰੀਆਂ ਪੁਰੀਆਂ ਅਫਵਾਹਾਂ ਸੋ ਆਉਣ ਵਾਲਾ ਵਕਤ ਦੱਸੂਗਾ ਜੀ ਕਿ ਅਕਾਲੀ ਦਲ ਕੀ ਨਵੇਂ ਕੰਮ ਕਰਦਾ ਅਕਾਲੀ ਦਲ ਦੇ ਵੱਲੋਂ ਕੀ ਨਵਾਂ ਰੁਖ اختیار ਕੀਤਾ ਜਾਂਦਾ ਕਿਉਂਕਿ ਅਸੀਂ ਅਕਾਲੀ ਦਲ ਨੂੰ ਬਹੁਤ ਵੱਡੀ ਚੜ੍ਹਦੀ ਕਲਾ ਦੇ ਵਿੱਚ ਵੀ ਦੇਖਿਆ ਤੇ ਅੱਜ ਅਕਾਲੀ ਦਲ ਨੂੰ ਬਿਲਕੁਲ ਖਿੰਡਿਆ ਜਾ ਵੀ ਦੇਖਿਆ ਜਾਂ ਕਹਿ ਲੀਏ ਵੀ ਬਿਲਕੁਲ ਬੌਣਾ ਹੁੰਦਾ ਵੀ ਦੇਖ ਰਹੇ ਹਾਂ ਕੀ ਅਕਾਲੀ ਦਲ ਮੁੜ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਆ ਸਕੂ ਕੀ ਪੰਥਕ ਮੁੱਦੇ ਪੰਜਾਬ ਦੇ ਵਿੱਚ ਅਕਾਲੀ ਦਲ ਬਦਲ ਨੂੰ ਉਭਾਰ ਸਕਣਗੇ ਹਾਲਾਂਕਿ ਐਤ ਕੀ ਬੰਦੀ ਸਿੰਘਾਂ ਦੀ ਗੱਲ ਕਰਕੇ ਇਹੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਪੈਂਤਰਾ ਸੀ ਕਿ ਬੰਦੀ ਸਿੰਘਾਂ ਦੀ ਗੱਲ ਵੀ ਕਰਦੇ ਆ ਤੇ ਇਹਦੇ ਨਾਲ ਲੋਕ ਵੀ ਨਾਲ ਜੁੜਨਗੇ ਪਰ ਇਸ ਦੇ ਬਾਵਜੂਦ ਵੀ ਕੁਝ ਨਹੀਂ ਹੋਇਆ ਜ਼ਮਾਨਤ ਤੱਕ ਜ਼ਬਤ ਹੋਈ ਅਕਾਲੀ ਦਲ ਦੀ ਉਮੀਦਵਾਰ ਦੀ ਵੈਸੇ ਭਾਜਪਾ ਦੇ ਉਮੀਦਵਾਰ ਨੇ ਵੀ ਹੋਈ ਤੇ ਕਾਂਗਰਸ ਵੀ ਉਮੀਦਵਾਰ ਦੇ ਵੀ ਹੋਈ ਆ ਪਰ ਅਕਾਲੀ ਦਲ ਦਾ ਇਨਾ ਪਤਲਾ ਹਾਲ ਹੋ ਕਿ ਭਾਜਪਾ ਨਾਲੋਂ ਵੀ ਪਿੱਛੇ ਚਲਾ ਜਾਊ ਚੌਥੇ ਤੇ ਭਾਜਪਾ ਤੇ ਪੰਜਵੇਂ ਨੰਬਰ ਦੇ ਉੱਤੇ ਅਕਾਲੀ ਦਲ ਇਹਦੇ ਬਾਬਤ ਕਦੇ ਕਿਸੇ ਨੇ ਖਿਆਸ ਨਹੀਂ ਕੀਤਾ ਕੀ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਫੇਰ ਭਾਜਪਾ ਨਾਲ ਗੱਠ ਜੋੜ ਕਰੂ ਕੀ ਭਾਜਪਾ ਨੂੰ ਇਹ ਜਾਪਦਾ ਕਿ ਅਕਾਲੀ ਦਲ ਦੀ ਉਹਨਾਂ ਨੂੰ ਜ਼ਰੂਰਤ ਹੈ ਕਿਸੇ ਵੇਲੇ ਪਤੀ ਤੇ ਪਤਨੀ ਦੇ ਰਿਸ਼ਤੇ ਦੇ ਵਿੱਚ ਅਕਾਲੀ ਦਲ ਪਤੀ ਦੇ ਰੂਪ 'ਚ ਹੁੰਦਾ ਸੀ ਤੇ ਭਾਜਪਾ ਪਤਨੀ ਦੇ ਰੂਪ ਦੇ ਵਿੱਚ ਫੇਰ ਪਿਛਲੇ ਕੁਝ ਸਮੇਂ ਦੇ ਵਿੱਚ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਕਿ ਕਿ ਅਕਾਲੀ ਦਲ ਚਾਹੇ ਤਾਂ ਛੋਟੇ ਬਾਈ ਕੀ ਹیثیت ਸੇ ਸਾਡੇ ਪਾਸ ਆ ਸਕਦਾ ਹੈ ਜੁੜ ਸਕਦਾ ਹੈ ਪਰ ਉਸ ਤੋਂ ਬਾਅਦ ਹੁਣ ਹੋਰ ਹਾਲਤ ਪਤਲੀ ਹੋ ਗਈ ਹੈ ਸੋ ਅਕਾਲੀ ਦਲ ਦੀ ਹਾਲਤ ਇਸ ਵੇਲੇ ਪਤਲੀ ਹੈ ਵੱਡੇ ਬਾਦਲ ਸਾਹਿਬ ਨੇ ਜਿਹੜੇ ਉਹ ਇਸ ਵੇਲੇ ਕਟਸੇਤ ਯਾਬਾ ਉਮਰਦਰਾਜ ਆ ਉਧਰੋਂ ਜਿਹੜੇ ਬਿਕਰਮ ਸਿੰਘ ਮਜੀਠੀਆ ਨੇ ਉਹ ਜੇਲ੍ਹ ਦੇ ਵਿੱਚ ਹੈ ਪਾਰਟੀ ਦੇ ਵਿੱਚ ਇਸ ਵੇਲੇ ਬਹੁਤ ਵੱਡੀਆਂ ਚੁਣੌਤੀਆਂ ਹਰਤੀ ਜਿਹਨਾਂ ਨੂੰ ਕੋਈ ਨਾ ਕੋਈ ਖਬਰ ਆਉਂਦੀ ਹੈ ਜੇ ਕਿ ਸ਼ਾਇਦ ਪਾਰਟੀ ਦੇ ਵਿੱਚ ਕੋਈ ਨਾ ਕੋਈ ਵੱਡਾ ਫੇਰਬਦਲ ਹੋਵੇ ਕੀ ਅਕਾਲੀ ਦਲ ਕੋਈ ਇਨਾ ਵੱਡਾ ਫੇਰਬਦਲ ਕਰੂ ਕੀ ਪੰਜਾਬ ਦੇ ਵਿੱਚ ਮੁੜ ਪੈਰਾਂ ਸਿਰ ਹੋ ਜਾਵੇ ਕੀ ਪੰਜਾਬ ਦੇ ਵਿੱਚ ਅਕਾਲੀ ਦਲ ਇੱਕ ਵਾਰ ਫਿਰ ਟੱਕਰ ਦੇਣ ਦਾ ਸਮਰੱਥ ਹੋਊ ਕੀ ਪੰਜਾਬ ਦੇ ਵਿੱਚ ਕਦੇ ਅਕਾਲੀ ਦਲ ਦੀ ਮੁੜ ਕੇ ਸਰਕਾਰ ਆ ਸਕੂ ਕੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਛੇਤੀ ਹੋਣਗੀਆਂ ਤੇ ਉਹਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਉਹ ਚੰਗਾ ਪ੍ਰਦਰਸ਼ਨ ਕਰ ਸਕਣਗੇ ਇਹ ਵਕਤ ਨੇ ਬਿਆਨ ਕਰਨੀਆਂ ਪਰ ਇਹ ਗੱਲ ਜ਼ਰੂਰ ਹੈ ਵੀ ਅਕਾਲੀ ਦਲ ਕਿਸੇ ਵੇਲੇ ਅਰਸ਼ ਦੇ ਉੱਤੇ ਤੇ ਅੱਜ ਫਰਸ਼ ਦੇ ਉੱਤੇ ਜਿਸ ਤਰੀਕੇ ਨਾਲ ਆਇਆ ਬਹੁਤ ਸਾਰੀਆਂ ਗਲਤੀਆਂ ਅਤੀਤ ਦੇ ਵਿੱਚ ਹੋਈਆਂ ਜਿਨ੍ਹਾਂ ਨੂੰ ਸੁਧਾਰਨ ਦਾ ਮੌਕਾ ਲੋਕ ਦਿੰਦੇ ਆ ਕਿ ਨਹੀਂ ਦਿੰਦੇ ਇਹਦੇ ਵੱਲ ਸਬਦੀ ਨਿਗਾ ਟਿੱਕੀ ਰਹਿਣੀ ਹੈ ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਹੁਣ ਦਿਓ ਆ ਗਿਆ ਬਹੁਤ ਬਹੁਤ ਮਿਹਰਬਾਨੀ